ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਜੀ ਸਾਰੇ ਠੀਕ ਠਾਕ ਹੋ ਚੜ੍ਹਦੀ ਕਲਾ ਜੀ ਕੁਝ ਕੁ ਡੀਐਮ ਬਹੁਤ ਆ ਰਹੇ ਸੀਗੇ ਤੇ ਸੋਚਿਆ ਕਿ ਚਲੋ ਅੱਜ ਤੁਹਾਨੂੰ ਕੁਝ ਟਿਪਸ ਦੇ ਦਈਏ ਬਹੁਤ ਵੀਰ ਜਿਹੜੇ ਕਹਿ ਰਹੇ ਨੇ ਕਹਿੰਦੇ ਨੇ ਵੀ ਅਸੀਂ ਡਾਈਟ ਦਾ ਸਾਨੂੰ ਦੱਸੋ ਟ੍ਰੇਨਿੰਗ ਅਸੀਂ ਤਾਂ ਦੇਖ ਲਈਦੀ ਆ YouTube ਦੇ ਉੱਤੇ ਤੁਸੀਂ ਕਿਵੇਂ ਕਰਦੇ ਹੋ ਪਰ ਇਹਨੂੰ ਡਾਈਟ ਦੱਸੋ ਕਿ ਡਾਈਟ ਖਾ ਸਕਦੇ ਦੋ ਚਾਰ ਪਲਾਨ ਹੋਣਗੇ ਤੁਹਾਨੂੰ ਸਾਰਾ ਦੱਸ ਦਾਂਗੇ ਪਰ ਇੱਕ ਜ਼ਰੂਰੀ ਗੱਲ ਕਰਨਾ ਚਾਹੁੰਦੇ ਆ ਅੱਜ ਕਿਸੇ ਭੈਣ ਨੇ ਇੱਕ ਵੌਇਸ ਮੈਸੇਜ ਭੇਜਿਆ ਜਿਹਦੇ ਵਿੱਚ ਉਹਦਾ ਬੱਚਾ ਆ ਤੇ ਉਹ ਜਿਮ ਜਾਂਦਾ ਹੈ ਜਿਮ ਜਿੱਦਾਂ ਤਰ੍ਹਾਂ ਤਰ੍ਹਾਂ ਦੇ ਬੰਦਿਆਂ ਨੂੰ ਵੇਖਦਾ ਹੋਊਗਾ ਸਾਰੇ ਦੇਖਦੇ ਨੇ ਉੱਥੇ ਜਾ ਕੇ ਉਹਦੇ ਜਿੱਦਾਂ ਵੀ ਉਹਨੂੰ ਕਈ ਬੰਦੇ ਕਹਿੰਦੇ ਨੇ ਪ੍ਰੋਟੀਨ ਖਾਣਾ ਚਾਹੀਦਾ ਆ ਵੈਜੀਟੇਰੀਅਨ ਡਾਈਟ ਦੇ ਵਿੱਚ ਪ੍ਰੋਟੀਨ ਨਹੀਂ ਮਿਲਦਾ वेजिटेरियन ओके ਤੇਰੀ ਬਾਡੀ ਨਹੀਂ ਬਣ ਸਕਦੀ ਤੂੰ ਗਰੋਥ ਨਹੀਂ ਕਰ ਸਕਦਾ ਚਿਕਨ ਖਾ ਐਗ ਖਾ ਤੇ ਉਹਨਾਂ ਦੀ ਜਿਹੜੀ ਮਾਤਾ ਜੀ ਆ ਉਹ ਕਹਿਣਾ ਚਾਹੁੰਦੇ ਨੇ ਵੀ ਤੁਸੀਂ ਕੋਈ ਵੈਜ ਸੋਰਸ ਦੱਸੋ ਜੋ ਕਿ ਮੇਰੇ ਬੇਟੇ ਨੂੰ ਪਤਾ ਲੱਗੇ ਤੇ ਉਹ ਵੈਜੀਟੇਰੀਅਨ ਹੀ ਰਵੇ ਮੈਂ ਨਹੀਂ ਚਾਹੁੰਨੀ ਕਿ ਉਹ ਨਾਨ ਵੈਜ ਖਾਵੇ ਪਹਿਲੀ ਗੱਲ ਇਹ ਆ ਵੀ ਚਲੋ ਜਿਸ ਨੇ ਵੀ ਉਸ ਬੱਚੇ ਨੂੰ ਗਾਈਡ ਕੀਤਾ ਹੋਗਾ ਗਲਤ ਗੱਲ ਆ ਕਿਉਂਕਿ ਅਗਰ ਉਹਨਾਂ ਦੇ ਪਹਿਲੇ ਘਰਦਿਆਂ ਤੋਂ ਪੁੱਛੋ ਕਿਉਂਕਿ ਛੋਟਾ ਹੈ ਆਬਵੀਅਸਲੀ ਖਾਲਾ ਖਰਚਾ ਵਰ ਜਾਓ ਹੀ ਕਰਨਗੇ ਕਿਉਂ ਕਿਸੇ ਨੂੰ ਪਟਕਾਉਣਾ ਹੈ ਤੇ ਬਾਕੀ ਵੈਜੀਟੇਰੀਅਨ ਬੜੇ ਬੜੇ ਤਗੜੇ ਬਾਡੀ ਬਿਲਡਰ ਨੇ ਓਵਿੰਦਰ ਘੁੰਮਨ ਵੈਜੀਟੇਰੀਅਨ ਓਪਨ ਬਾਡੀ ਬਿਲਡਰ ਇੰਡੀਆ ਦਾ ਪਹਿਲਾ ਓਪਨ ਤੁਹਾਨੂੰ ਜਿਹਨੂੰ ਨਹੀਂ ਗਿਆਨ ਹੋਗਾ ਉਹਨੂੰ ਤੇ ਸਮਝ ਨਹੀਂ ਆਉਣੀ ਪਰ ਓਪਨ ਬਾਡੀ ਬਿਲਡਿੰਗ ਦੇ ਵਿੱਚ ਇਕੱਲਾ ਓਵਿੰਦਰ ਘੁੰਮਨ ਹੀ ਪੰਜਾਬ ਦਾ ਸ਼ੇਰ ਤੇ ਹੀਮਾਂਚੂ ਸ਼ਰਮਾ ਆ ਉਹ ਵੀ ਜਿਹੜਾ ਵੈਜੀਟੇਰੀਅਨ ਬਾਡੀ ਬਿਲਡਰ ਆ ਬਹੁਤ ਤਕੜਾ ਬਾਡੀ ਬਿਲਡਰ ਆ ਨਾ ਬੜੇ ਡੈਂਸ ਮਸਲ ਨੇ ਔਰ ਇਵਨ ਕਿ ਜਿੰਨੇ ਵੀ ਪ੍ਰੋਫੈਸ਼ਨਲ ਬਾਡੀ ਬਿਲਡਰਸ ਨੇ ਲਾਈਕ ਡੋਰੀਨੇਟਸ ਵਰਗੇ ਦਾ ਸ਼ੈਡੋ ਕਿਹਾ ਜਾਂਦਾ ਜਿੰਨੂੰ ਐਸ ਜਦੋਂ ਕੰਪੀਟ ਕਰਦਾ ਸੀ ਠੀਕ ਆ ਉਹ ਖਾਂਦਾ ਸੀ ਪਰ ਅੱਜ ਜਦੋਂ ਮੈਂ ਉਹ ਵੀ ਵੈਜੀਟੇਰੀਅਨ ਔਰ ਜਿੰਨੇ ਵੀ ਬਾਡੀ ਬਿਲਡਰ ਕੰਪੀਟ ਕਰ ਰਹੇ ਨੇ ਇੰਡੀਆ ਦੇ ਵੀ ਟੌਪ ਦੇ ਬਾਡੀ ਬਿਲਡਰ ਹੋਣਗੇ ਜਿਦਾਂ ਵਿਕੀ ਸਿੰਘ ਹੋ ਗਿਆ ਨਿਤਿਨ ਚਨੀਲਾ ਹੋ ਗਿਆ ਤੇ ਹੋਰ ਵੀ ਆਪਣੇ ਕਈ ਭਰਾ ਨੇ ਹਨ ਇਹ ਸਾਰੇ ਬਾਡੀ ਬਿਲਡਰ ਜਦੋਂ ਇਹਨਾਂ ਦਾ ਕੰਪੀਟੀਸ਼ਨ ਖਤਮ ਹੋ ਜਾਂਦਾ ਉਸ ਤੋਂ ਬਾਅਦ ਇਹ ਵੈਜੀਟੇਰੀਅਨ ਤੇ ਹੀ ਆਉਂਦੇ ਨੇ ਉਹਦੀ ਇੱਕ ਵਜ੍ਹਾ ਹੈ ਕਿਉਂਕਿ ਬਾਡੀ ਵਿੱਚ ਇਨਫਲਮੇਸ਼ਨ ਇਨੀ ਹੋ ਜਾਂਦੀ ਆ ਫਿਰ ਇਹਨਾਂ ਨੂੰ ਚਿਕਨ ਐਗ ਸਭ ਕੁਝ ਛੱਡਣਾ ਪੈਂਦਾ ਵੈਜ ਖਾਂਦੇ ਨੇ ਸਾਰਾ ਕੁਝ ਤੇ ਹੁਣ ਗੱਲ ਕਰਦੇ ਆ ਜੀ ਸਭ ਤੋਂ ਪਹਿਲਾਂ ਆਪਾਂ ਵੈਜੀਟੇਰੀਅਨ ਡਾਈਟ ਦੀ ਦਾਸ ਵੀ ਵੈਜੀਟੇਰੀਅਨ वेजिटेरियन ਦੇ ਵਿੱਚ ਤੁਸੀਂ ਆਪਣਾ ਅਗਰ ਤੇ ਤੁਹਾਡੇ ਬਜਟ ਚੋਂ ਦਾ ਇੱਕ ਵਧੀਆ ਆਈਸੋਲੇਟ ਪ੍ਰੋਟੀਨ ਲਓ ਨਹੀਂ ਲੈ ਸਕਦੇ ਤੁਸੀਂ ਕੀ ਕਰਨਾ ਦਾਲ ਹੁੰਦੀ ਹੈ ਨਾ ਜਿਹੜੀ ਪੀਲੀ ਦਾਲ ਹੁੰਦੀ ਆ ਉਹ ਖਾ ਸਕਦੇ ਜੀ ਪੀਲੀ ਕਾਲੀ ਦਾਲ ਨੂੰ ਦੋਵਾਂ ਨੂੰ ਮਿਕਸ ਕਰਕੇ ਖਾ ਸਕਦੇ ਮਸਰਾ ਦੀ ਮੂੰਗੀ ਦੀਆਂ ਨੇ ਜਿੱਦਾਂ ਤੁਸੀਂ ਰਾਜਮਾ ਖਾ ਸਕਦੇ ਜੀ ਰਾਜਮਾ ਤੇ ਦਾਲ ਪ੍ਰੋਟੀਨ ਦਾ ਬਹੁਤ ਵਧੀਆ ਸੋਰਸ ਹੈ ਕਾਲੇ ਚਨੇ ਖਾ ਸਕਦੇ ਜੀ ਚਿੱਟੇ ਚਨੇ ਖਾ ਸਕਦੇ ਇਹਦੇ ਨਾਲ ਜੇ ਤਾਂ ਤੁਸੀਂ ਪਿੰਡ 'ਚ ਪਿੰਡ 'ਚ ਰਹਿੰਦੇ ਦਹੀਂ ਖਾ ਲੋ ਜਿਹੜੇ ਸ਼ਹਿਰੀ ਨੇ ਅਫੋਰਡ ਕਰ ਸਕਦੇ ਨੇ ਉਹ ਗ੍ਰੀਕ ਯੋਗਰਟ ਖਾ ਲੋ ਇਹ ਸਾਰੇ ਪ੍ਰੋਟੀਨ ਦੇ ਹੀ ਸੋਰਸ ਨੇ ਤੇ ਨਾਲੇ ਇਦਾਂ ਹੁੰਦਾ ਆ ਇੱਕ ਨਾ ਮਿਥ ਬਣਾ ਦਿੱਤੀ ਗਈ ਆ ਕਿ ਪ੍ਰੋਟੀਨ ਜ਼ਿਆਦਾ ਖਾਓ ਤੁਹਾਡੇ ਮਸਲ ਬਣਗੇ ਬਿਲਕੁਲ ਨਹੀਂ ਪ੍ਰੋਟੀਨ ਦੇ ਨਾਲ ਜ਼ਿਆਦਾ ਵੀ ਤੁਸੀਂ ਕੰਜ਼ਿਊਮ ਕਰੋਗੇ ਉਹ ਤੁਹਾਡੇ ਆਰਗਨਸ ਦੇ ਉੱਤੇ ਆਪਾਂਵੇਂ ਫੂਡ ਦੀ ਤਰ੍ਹਾਂ ਹੀ ਲੈ ਲਓ ਉਹਨੂੰ ਤੁਹਾਡੇ ਆਰਗਨਸ ਦੇ ਉੱਤੇ ਉਹ ਜ਼ੋਰ ਪਾਊਗਾ ਸਿੰਪਲ ਕਾਰਬੋਹਾਈਡਰੇਟ ਜਿਆਦਾ ਮਤਲਬ ਕਿ ਅਸੀਂ ਤੇ ਉਹ ਹੀ ਖਾਣੇ ਆ ਜੀ ਕਿਉਂਕਿ ਉਹਦੇ ਨਾਲ ਹੀ ਹੁੰਦਾ ਨੂੰ એનર્ਜੀ ਮਿਲਦੀ ਆ ਉਹਦੇ ਨਾਲ ਅਸੀਂ ਜਿਆਦਾ ਜੋਰ ਮਾਰਦੇ ਆ ਤੁਸੀਂ ਦੇਖੋ ਜਿਆਦਾਤਰ ਬਾਡੀ ਬਿਲਡਰ ਰਾਈਸ ਪੋਟੈਟੋ সুইਟ ਪੋਟੈਟੋ ਜਿਹਦਾ ਚੌਲ ਆਲੂ ਸ਼ਕਰਗੰਦੀ ਇਹ ਜਿਆਦਾ ਖਾਂਦੇ ਨੇ ਮੀਟ ਵੀ ਖਾਂਦੇ ਨੇ ਪਰ ਇੰਨਾ ਜਿਆਦਾ ਨਹੀਂ ਪ੍ਰੋਟੀਨ ਸੋਰਸ ਹਰ ਕਿਸੇ ਦੀ ਬਾਡੀ ਦੇ ਅਕੋਰਡਿੰਗ ਹੁੰਦੀ ਆ 50 ਕਿਲੋ ਦਾ ਬੰਦਾ ਉਹ 100 ਕਿਲੋ ਵਾਲੇ ਬੰਦੇ ਦੀ ਜੇ ਰੀਸ ਕਰੂਗਾ ਵੀ 100 ਕਿਲੋ ਵਾਲਾ ਬੰਦਾ 200 ਗ੍ਰਾਮ ਪ੍ਰੋਟੀਨ ਖਾਂਡਿਆ ਜਾਂ 250 ਵੀ ਖਾਈ ਜਾਂਦਾ ਮੈਂ ਕਹਾਂ ਲਾ ਉਹ ਤੁਹਾਡੇ ਮਤਲਬ ਕਿ ਕਿਤੇ ਤੁਹਾਡੇ ਡਾਈਜੈਸ਼ਨ ਪ੍ਰੋਬਲਮ ਹੋ ਗਈ ਤੁਹਾਡੇ ਆਰਗਨਸ ਦੇ ਉੱਤੇ ਲੋਡ ਪਊਗਾ ਹਨ ਕਿਉਂਕਿ ਤੁਹਾਡਾ ਉਹਨਾ ਮਸਲ ਮਾਸ ਹੀ ਨਹੀਂ ਹੈਗਾ ਕਿਸੇ ਦੀ ਡਾਈਟ ਫੋਲੋ ਨਹੀਂ ਕਰਨੀ ਚਾਹੀਦੀ ਕਿਸੇ ਦਾ ਵਰਕਆਊਟ ਵੀ ਫੋਲੋ ਨਹੀਂ ਕਰਨਾ ਚਾਹੀਦਾ ਕਿਉਂਕਿ ਕੋਈ ਅਗਰ ਹੈਵੀ ਲਾ ਰਿਹਾ ਤੂੰ ਵੀ ਜਾ ਕੇ ਸੇਮ ਅਗਰ ਟਰਾਈ ਕਰੋ ਤੇ ਤੂੰ ਇੰਜਰ ਹੋ ਸਕਦੇ ਏ ਇਹ ਚੀਜ਼ਾਂ ਦਾ ਹਮੇਸ਼ਾ ਤੁਸੀਂ بچੋ ਦੇਖੋ ਤੁਹਾਡੇ ਲਈ ਕੀ ਬੈਟਰ ਆ ਇੱਕ ਵਧੀਆ ਕੋਚ ਆਇਰ ਕਰੋ ਅਗਰ ਤੁਹਾਨੂੰ ਨਹੀਂ ਪਤਾ ਜਿਹੜੀਆਂ ਮੈਂ ਚੀਜ਼ਾਂ ਡਾਈਟ ਜੀ ਦੱਸਣ ਦਿਆ ਇਹ ਜਮਾ ਬੇਸਿਕ ਆ ਹਰ ਕੋਈ ਖਾ ਸਕਦਾ ਅਫੋਰਡੇਬਲ ਹੈਗੀਆਂ ਉਹ ਹੀ ਚੀਜ਼ਾਂ ਦੱਸਾਂਗੇ ਜਿਹੜੇ ਘਰ ਦੇ ਵਿੱਚ ਨੇ ਵੈਜੀਟੇਰੀਅਨ ਦੇ ਵਿੱਚ ਓਟਸ ਵੀ ਖਾ ਸਕਦੇ ਹੋ ਤੁਸੀਂ ਫਾਈਬਰ ਲਈ ਵਧੀਆ ਸੋਰਸ ਆਫ ਕਾਰਬ ਨੇ ਤੁਸੀਂ ਦਲੀਆ ਵੀ ਖਾ ਸਕਦੇ ਅਗਰ ਨਹੀਂ ਹੈਗਾ ਦੀ ਠੀਕ ਆ ਜੀ ਤੁਸੀਂ ਘਰ ਦਾ ਅਗਰ ਕੋਈ ਦੁੱਧ ਪੀ ਸਕਦੇ ਹੋ ਵਧੀਆ ਦੁੱਧ ਦਾ ਦਹੀਂ ਖਾ ਸਕਦੇ ਜੀ ਲੱਸੀ ਪੀ ਸਕਦੇ ਜੀ ਪਹਿਲੋਂ ਤੇ ਆਪਣੇ ਘਰ ਦੇ ਵਿੱਚੋਂ ਖਾਣਾ ਸ਼ੁਰੂ ਕਰੋ ਬਾਹਰ ਦਾ ਬਿਲਕੁਲ ਬੰਦ ਕਰ ਦਿਓ ਅਗਰ ਤੁਸੀਂ ਬਾਹਰ ਦਾ ਵੀ ਖਾਂਦੇ ਜੀ ਫਿਰ ਤੁਹਾਡੀ ਮਤਲਬ ਕਿ ਕੁਝ ਨਹੀਂ ਬਣੇ ਐਦਾਂ ਹੁੰਦਾ ਜਦੋਂ ਇੱਕ ਸਟਿਕ ਹੋ ਜਾਊਗਾ ਨਾ ਤੁਸੀਂ ਮੈਂ ਘਰ ਦਾ ਹੀ ਖਾਣਾ ਤੇ ਇਹੋ ਹੀ ਖਾਣਾ ਉਹਦੇ ਨਾਲ ਤੁਹਾਡਾ ਇੱਕ ਮਾਈਂਡ ਸੈਟ ਹੋ ਜਾਊਗਾ ਤੁਹਾਡੇ ਵਿੱਚ ਇੱਕ ਮਤਲਬ ਕਿ ਡਿਸਿਪਲਿਨ ਆ ਜਾਊਗਾ ਵੀ ਹਾਂ ਹੁਣ ਮੈਂ ਇਹੋ ਹੀ ਖਾਣਾ ਹੈ ਉਸ ਤੋਂ ਬਾਅਦ ਹੌਲੀ ਹੌਲੀ ਸਲੋ ਪ੍ਰੋਸੈਸ ਤੇ ਉੱਤੇ ਫੂਡ ਜਿਹੜਾ ਚੇਂਜ ਹੁੰਦਾ ਰਹਿੰਦਾ ਹੈ ਸਬਜ਼ੀਆਂ ਜਿਆਦੀਆਂ ਖਾਓ ਕੋਸ਼ਿਸ਼ ਕਰੋ ਬਾਲ ਕੇ ਖਾਓ ਫਰੂਟ ਖਾ ਲਓ ਤੇ ਜਿਹੜੇ ਵੀਰ ਆਪਣੇ ਮਤਲਬ ਕਿ ਨਾਨ ਵੇਜ ਵਾਲੇ ਨੇ ਉਹਨਾਂ ਨੂੰ ਤੇ ਪਤਾ ਹੀ ਹੈ ਚਿਕਨ ਖਾ ਸਕਦੇ ਹੋ ਤੁਸੀਂ ਐਗ ਖਾ ਸਕਦੇ ਹੋ ਮਟਨ ਖਾ ਸਕਦੇ ਇਹਨੂੰ ਬੱਕਰਾ ਵੀ ਕਹਿੰਦੇ ਆ ਨਾ ਇਹ ਤੁਹਾਡੇ ਪ੍ਰੋਟੀਨ ਸੋਰਸ ਹੋ ਜਾਂਦੇ ਨੇ ਤੇ ਪ੍ਰੋਟੀਨ ਵੀ ਪੀ ਸਕਦੇ ਹੋ ਦੀ ਪਰ ਇੰਨੀ ਲੋੜ ਨਹੀਂ ਹੁੰਦੀ ਕਿਉਂਕਿ ਤੁਸੀਂ ਆਪਣੇ ਫੂਡ ਤੋਂ ਹੀ ਜ਼ਿਆਦਾ ਪ੍ਰੋਟੀਨ ਲੈ ਰਹੇ ਜੇ ਉਹ 1 ਦਾ ਸਕੂਪ ਵੀ ਤੁਹਾਡੇ ਲਈ ਇਨਫ ਹੈ। ਵੈਜੀਟੇਰੀਅਨ ਵਾਲਿਆਂ ਨੂੰ ਥੋੜੇ ਪ੍ਰੋਟੀਨ ਦੇ ਸਕੂਪ ਜ਼ਿਆਦਾ ਲੈਣੇ ਪੈਂਦੇ ਨੇ ਕਿ 3 ਲੈ ਲੈਂਦੇ ਨੇ ਕਿ 4 ਲੈ ਲੈਂਦੇ ਨੇ। ਕੋਈ ਉਸ ਤੋਂ ਵੀ ਜ਼ਿਆਦਾ ਰੈਂਦੇ ਨੇ ਡਿਪੈਂਡ ਕਰਦਾ ਹੈ ਬਾਡੀ ਟਾਈਪ ਦੇ ਉੱਤੇ ਤੇ ਤੁਹਾਡੀ ਮਿਹਨਤ ਦੇ ਉੱਤੇ ਵੀ ਤੁਹਾਡੀ ਬਾਡੀ ਨੂੰ ਰਿਕੁਆਇਰਮੈਂਟ ਕਿੰਨੀ ਹੈ। ਨਾਨ-ভেজ ਬੰਦੇ ਆਪਣਾ ਕਾਰਬ ਦੇ ਵਿੱਚ ਸੇਮ ਹੀ ਹੁੰਦਾ ਨੇ ਰਾਈਸ, ਪੋਟੇਟੋ, ਸਵੀਟ ਪੋਟੇਟੋ। ਦੇਖੋ ਤੁਸੀਂ ਓਲਡ ਬਾਡੀ ਬਿਲਡਰ ਲੈ ਲਓ ਨਵੇਂ ਬਾਡੀ ਬਿਲਡਰ ਲੈ ਲਓ ਫੂਡ ਸੇਮ ਹੁੰਦਾ ਹੈ ਇੱਕ ਡਿਸਿਪਲਨ ਹੁੰਦਾ ਹੈ ਇੱਕ ਕੰਸਿਸਟੈਂਟ ਰਹਿਣਾ ਪੈਂਦਾ ਹੈ ਸੇਮ ਖਾਣਾ ਡੇਲੀ ਖਾਣਾ ਇਹ ਨਹੀਂ ਵੀ ਅੱਜ ਆਹ ਖਾ ਲਿਆ ਕੱਲ ਉਹ ਖਾ ਲਿਆ ਸਵਾਦ ਭਾਲੀ ਜਾਓ ਉਹਦੇ ਨਾਲ ਤੁਹਾਡਾ ਕੁਝ ਨਹੀਂ ਹੋਣਾ ਤੇ ਸਪਲੀਮੈਂਟ ਜਿਹੜੇ ਬੰਦੇ ਅਫੋਰਡ ਕਰ ਸਕਦੇ ਨੇ ਉਹ ਆਪਣੇ ਵਿਟਾਮਿਨਸ ਲੈ ਸਕਦੇ ਨੇ ਪ੍ਰੋਟੀਨ ਕਰੇਟਿਨ ਇਹ ਦੋ ਸਪਲੀਮੈਂਟ ਇਨਫ ਹੁੰਦੇ ਨੇ ਇੱਕ ਆਮ ਬੰਦੇ ਲਈ ਦੈਟਸ ਇਟ ਜੇ ਤੁਹਾਨੂੰ ਜਿਆਦਾ ਹੀ ਮਤਲਬ ਕੀ ਹਾਈ ਲੈਵਲ ਤੇ ਜਾਣਾ ਹੈ ਉਹ ਦੇ ਲਈ ਫਿਰ ਤੁਸੀਂ ਵਧੀਆ ਕੋਚ ਦੇ ਅੰਡਰ ਰਹੋ ਕਿ ਤੁਹਾਨੂੰ ਸਾਰਾ ਕੁਝ ਆਬਜ਼ਰਵ ਕਰੇ ਕੀ ਕਰਨਾ ਹੈ ਕੀ ਨਹੀਂ ਕਰਨਾ ਐਵੇਂ ਕਿਸੇ ਮਗਰ ਲਾ ਕੇ ਆਪਣਾ ਸਰੀਰ ਖਰਾਬ ਨਾ ਕਰੋ ਜਿਹੜੇ ਬੰਦੇ ਅਫੋਰਡ ਕਰ ਸਕਦੇ ਨੇ ਥੋੜੇ ਪ੍ਰੋਫੈਸ਼ਨਲ ਨੇ ਉਹ ਘਟੋ ਘਟ ਆਪਣੀਆਂ 5 ਤੋਂ 6 ਮੀਲਾਂ ਵਧੀਆ ਹੈਵੀ ਖਾਓ ਜਿਹਦੇ ਵਿੱਚ ਤੁਸੀਂ ਮੀਲ ਦੇ ਵਿੱਚ ਵੈਜ ਬੰਦਾ 250 ਗ੍ਰਾਮ ਆਪਣੇ ਚੌਲ ਲੈ ਲੇ ਇੱਕ ਮੀਲ ਦੇ ਵਿੱਚ ਤੇ 150 ਗ੍ਰਾਮ ਤੋਂ 200 ਗ੍ਰਾਮ ਦੇ ਵਿੱਚ ਦਾਲ ਲੈ ਲੇ ਦੂਜੀ ਮੀਲ ਦੇ ਵਿੱਚ ਮੈਨੂੰ ਕਿ ਰੈਂਡਮਲੀ ਦੱਸਣ ਦੇ ਆ ਫਿਰ ਆਪਣਾ 250 ਗ੍ਰਾਮ ਆਪਣਾ ਰਾਈਸ ਲੈ ਲੇ ਤੇ ਆਪਣਾ ਜੇ ਪਹਿਲਾਂ ਦਾਲ ਖਾਧੀ ਬਾਅਦ ਚ ਰਾਜਮਾ ਖਾ ਸਕਦੇ ਉਸ ਤੋਂ ਬਾਅਦ ਆਪਣੇ ਫਰੂਟਸ ਲੈ ਲਓ ਨਟਸ ਲੈ ਲਓ ਇਹ ਖਾ ਸਕਦੇ ਹੋ ਦਲੀਆਂ ਜਾਂ ਓਟਸ ਜੋ ਵੀ ਤੁਹਾਨੂੰ ਅਫੋਰਡੇਬਲ ਹੋਵੇ ਉਹ ਤੁਸੀਂ ਖਾ ਸਕਦੇ ਜੀ ਫਿਰ ਤੁਸੀਂ ਆਪਣਾ ਪ੍ਰੋਟੀਨ ਸ਼ੇਕ ਪੀ ਸਕਦੇ ਜੀ ਕਟੋ ਘਟ ਵੀ ਜੇ ਤੈਨੂੰ ਗੇਨ ਕਰਨਾ ਹੈ ਵਧੀਆ ਲੀਨ ਕਰ ਮਸਲੀਨ ਮਸਲ ਮਾਸ ਵਧਾਉਣਾ ਹੈ ਲੀਨ ਮਸਲ ਮਾਸ ਤੂੰ ਹੀ ਫਿਰ ਆਪਣੇ 300 ਗ੍ਰਾਮ ਸ਼ਕਰਗੰਦੀ ਖਾ ਸਕਦੇ ਜੀ 250 ਗ੍ਰਾਮ ਆਲੂ ਖਾ ਸਕਦੇ ਜੀ ਰਾਤ ਨੂੰ ਤੁਸੀਂ ਪਨੀਰ ਖਾ ਸਕਦੇ ਜੀ ਠੀਕ ਹੈ ਜੀ ਦੁੱਧ ਜੇ ਵਧੀਆ ਰਹੋ ਪੀ ਸਕਦੇ ਹੋ ਦਹੀਂ ਖਾ ਸਕਦੇ ਸੇਮ ਮੀਲ ਲਈ ਜਿਹੜੀਆਂ ਆਪਣੀਆਂ ਨਾਨਵੇਜ ਵਾਲੀਆਂ ਨੇ ਨਾਨਵੇਜ ਪਰ ਮੀਲ ਦੇ ਵਿੱਚ 300 ਗ੍ਰਾਮ ਰਾਈਸ ਤੇ 250 ਗ੍ਰਾਮ ਚਿਕਨ ਖਾ ਸਕਦੇ ਹੋ ਦੋ ਮੀਲਾਂ ਇਹ ਖਾ ਲੋ 6 ਤੋਂ 8 ਅੰਡੇ ਖਾ ਲੋ ਜਿਹਦੇ ਵਿੱਚ ਦੋ ਹੋਲ ਹੈ ਘੋਣ ਬਾਕੀ ਸਾਰੇ ਵਾਈਟ ਹੋਣ ਆਲਮੰਡਸ ਜਾਂ ਵਾਲਨਟਸ ਦੇ ਵਿੱਚੋਂ ਇੱਕ ਚੀਜ਼ ਪ੍ਰੇਫਰ ਕਰ ਸਕਦੇ ਸੇਮ ਹੀ ਬਾਕੀ ਸ਼ਕਰਕੰਦੀ ਹੋਗੀ ਆਪਣੀ 300 ਗ੍ਰਾਮ ਦੋ 250 ਗ੍ਰਾਮ ਆਲੂ ਖਾ ਸਕਦੇ ਹੋ ਇਹ ਤੁਹਾਡੀ ਜਿਹੜੀਆਂ ਮੀਲਾਂ ਤੇ ਪ੍ਰੋਟੀਨ ਸ਼ੇਕ ਪੀ ਸਕਦੇ ਇਹ ਤੁਹਾਡੇ ਦੋਵਾਂ ਦੀਆਂ ਮੀਲਾਂ ਨੇ ਜਿਹੜਾ ਬੰਦਾ ਜੋ ਖਾਣਾ ਚਾਹੁੰਦਾ ਉਹ ਖਾ ਸਕਦਾ ਹੈ ਤੇ ਜਿਹੜੇ ਬੰਦੇ ਨੇ ਅਮਰਤ ਛਕਿਆ ਉਹ ਆਪਣਾ ਵੈਜੀਟੇਰੀਅਨ ਖਾਓ ਤੁਹਾਨੂੰ ਜਿਆਦਾ ਚੁੱਲ ਲੜਦੀ ਹੈ ਜਿੰਨਾ ਪੰਜਾ ਪਿਆਰਿਆਂ ਤੋਂ ਤੁਸੀਂ ਅਮਰਤ ਛਕਿਆ ਉਹਨਾਂ ਘੜੀ ਪੇਸ਼ ਹੋ ਜੋ ਕਹਿਣਗੇ ਉਹ ਅਕੋਰਡਿੰਗ ਤੁਸੀਂ ਚੱਲੋ ਕਿਸੇ ਵੱਲ ਵੇਖ ਕੇ ਆਪਣੇ ਜੀਵਨ ਦੇ ਵਿੱਚ ਗਰਾਵਟ ਨਹੀਂ ਲਿਆਉਣੀ ਚਾਹੀਦੀ ਅਗਰ ਤੁਸੀਂ ਅਮਰਤ ਆ ਰਹੇ ਤੇ ਪੰਜਾ ਪਿਆਰਿਆਂ ਤੋਂ ਪੁੱਛੋ ਜਾਂ ਕਿ ਸੰਤ ਮਹਾਪੁਰਸ਼ ਦੇ ਅੰਡਰ ਤੁਸੀਂ ਸੇਵਾ ਕਰਦੇ ਜਾਂ ਕਿਸੇ ਨਾਲ ਪ੍ਰੇਮ ਹੈ ਜਾਂ ਉਹਨਾਂ ਤੋਂ ਪੁੱਛ ਲਓ ਤੁਹਾਨੂੰ ਸਹੀ ਰਾਹ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ